मैं समझदा कि कांग्रेस वर्कर इन्ना जोश मैं अपनी जिंदगी पहली बारी देखिया और संधू साहब के पहुँचने एड्डा वड्डे स्वागत थां थां ते स्वागत हजारां की गिणती भैन भरा बजुर्ग सारे ही वर्कर कांग्रेस की चाई चाई इत्थे वेलकम किया संधू साहब का। चुनाव को लेकर कांग्रेसी उम्मीदवार कैप्टन संदीप संधू मुल्लापुर दाखा पहुंचे। इस दौरान कई कांग्रेसी नेताओं ने जगह जगह पर संदीप संधू का स्वागत किया। संदीप संधू ने रोड शो के जरिए शक्ति प्रदर्शन भी किया। संदीप संधू के साथ स्थानीय विधायक और वरिष्ठ कांग्रेसी नेता भी मौजूद रहे। कैप्टन संदीप सीएम कैप्टन अमरिंदर सिंह के खासम खास है। उनकी एंट्री से ही दाखा उपचुनाव में राजनीतिक माहौल गर्मा गया है। इसके अलावा मुल्लापुर दाखा हल्के के कई दिग्गज कांग्रेसी वर्कर इस रोड शो में कहीं भी दिखाई नहीं दिए। इससे उनकी नाराजगी साफ दिखाई दे रही थी। अब यह तो आने वाला समय ही बताएगा कि कौन दिग्गज है बाजी मारता है। इनकी कृपा से मैं आज इत्थे पहुंचे क्योंकि मैं इन्हां चो मेरा कोई सियासी परिवार दे विच मेरा कोई सियासी वो नहीं है। ਐਂ ਉੱਠਿਆ ਸੀ ਐਂ ਮਿਹਨਤ ਕੀਤੀ ਜੇ ਮੈਂ ਇਹਨਾਂ ਵਰਗਾ ਇਹ ਮੇਰੇ ਵਰਗੀ ਆ ਮੈਂ ਸਫਲ ਹੁੰਦਾ ਇਹ ਸਭ ਸਾਹਮਣੇ ਖੜਾ ਰਾਜਪੂਤ ਉੱਤੇ ਹੁੰਦੀ ਆ ਦੂਜੀ ਗੱਲ ਮੈਂ ਕਿਹੜਾ ਪਾਕਿਸਤਾਨ ਤੋਂ ਆਇਆ ਫਰੀਦਕੋਟ ਦਾ ਜੰਮਪਲ ਹੈ ਠੀਕ ਹੈ 11 ਸਾਲ ਤੋਂ ਮੈਂ ਪਾਰਟੀ ਦੇ ਵਰਕਰਾਂ ਨਾਲ ਹਰ ਕੋਨੇ ਵਿੱਚ ਸੰਮਤੀ ਪੰਚਾਇਤ ਜ਼ਿਲ੍ਹਾ ਪਰਿਸ਼ਦ ਜਿਮਨੀ ਚੋਣ ਅਸੈਂਬਲੀ ਪਾਰਲੀਮੈਂਟ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਬੈਠ ਕੇ ਲੜਿਆ ਹਰ ਇੱਕ ਉਸ ਬੰਦੇ ਨੂੰ ਜਾਣਦਾ ਸੋ ਮੈਂ ਦਾਖੇ ਨਾਲ ਓਨਾ ਹੀ ਜੁੜਿਆ ਸਮਾਂ ਵੱਧ ਜੁੜਿਆ ਸਭ ਤੋਂ ਵੱਡਾ ਮੁੱਦਾ ਜਦੋਂ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਉੱਥੇ ਪਤਾ ਲੱਗੂਗਾ ਮੁੱਦੇ 2.5 ਸਾਲ ਦਾ ਵਿਕਾਸ ਜੋ ਸੀਐਮ ਸਾਹਿਬ ਨੇ ਕੀਤਾ ਉਹ ਅਤੇ 2.5 ਸਾਲ ਜੋ ਅੱਗੇ ਵਿਕਾਸ ਹੋਊਗਾ ਅਤੇ ਦਾਖੇ ਵਿੱਚ ਵੀ ਹੋਊਗਾ ਇਸ ਗੱਲ ਦਾ ਮੁੱਦਾ ਹੈ ਔਰ ਇਹੀ ਮੁੱਦਾ ਲੈ ਕੇ ਚੱਲ ਇਹਨਾਂ ਦੀ ਮਿਹਰਬਾਨੀ ਹੈ ਯਾਰ ਇੰਨਾ ਪਿਆਰ ਦਿੱਤਾ ਘੰਟੇ ਘੰਟੇ ਦੇ ਖੜ੍ਹੇ ਆ ਮੈਂ ਤਾਂ ਦਾਖੇ ਪਹੁੰਚਣਾ ਸੀ ਪਰ ਮੈਂ ਨਹੀਂ ਕਿਸੇ ਸੋਚਿਆ ਸੀ ਮੈਨੂੰ ਰਾਹ ਦੇ ਵਿੱਚ ਵੀ ਇੰਨਾ ਲੋਕਾਂ ਤੋਂ ਪਿਆਰ ਵਰਕਰ ਇੰਨਾ ਮੇਰਾ ਇੱਜ਼ਤ ਮਾਨ ਕਰਨਗੇ 3 ਦਿਨਾਂ ਤੋਂ ਇਹਨਾਂ ਨੇ ਮੈਨੂੰ ਫੋਨਾਂ 'ਤੇ ਵਧਾਈਆਂ ਦੇ ਦੇ ਕੇ ਕੋਈ ਕਮੀ ਨਹੀਂ ਛੱਡੀ ਔਰ ਮੇਰੀ ਇਲੈਕਸ਼ਨ ਮੈਂ ਨਹੀਂ ਲੜ ਰਿਹਾ ਇਹਨਾਂ ਨੇ ਲੜੀ ਜਿਹੜੇ ਵੀ ਮੇਰੀ ਸਕੂਟਰੀ ਉੱਤਰੇ ਆ ਭਾਵੇਂ ਦਿੱਗਜ ਹੈ ਭਾਵੇਂ ਵਰਕਰ ਹੈ ਮੈਂ ਉਹਨਾਂ ਦਾ ਸਵਾਗਤ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਲੜਾਈ ਔਰ ਇਹ ਜਿਹੜਾ ਕੰਮ ਹੈ ਹਜੇ ਸ਼ੁਰੂ ਹੋਇਆ ਇਹ ਪੂਰਾ ਅਤੇ ਸੰਪੂਰਨ ਪੂਰਾ 21 ਤਰੀਕ ਸ਼ਾਮ ਨੂੰ ਦੇਖੋ ਫਾਈਟ ਤਾਂ ਚਲੋ ਜਦੋਂ ਇਲੈਕਸ਼ਨ ਹੁੰਦੀ ਆ ਉਹਨੂੰ ਹਮੇਸ਼ਾ ਇਲੈਕਸ਼ਨ ਸਮਝ ਕੇ ਲੜਨਾ ਚਾਹੀਦਾ ਪਰ ਇਸ ਵੇਲੇ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਜੀ ਜੋ ਉਹਨਾਂ ਨੇ 2.5 ਸਾਲ ਉਹਨਾਂ ਦੇ ਕੰਮ ਕੀਤੇ ਆ ਜੋ ਆ ਬਹੁਤ ਵੱਡਾ ਲਾਂਘੇ ਦਾ ਕੰਮ ਜਿਹੜਾ 550 ਸਾਲਾ ਗੁਰੂ ਦਾ ਅਸੀਂ ਮਨਾਉਣ ਜਾ ਰਹੇ ਹਾਂ ਅਤੇ ਉਹਦੇ ਲਈ ਦੇਖੋ ਕਿਸ ਤਰੀਕੇ ਨਾਲ ਕੋਰੀਡੋਰ ਖੋਲ੍ਹਿਆ ਐਡੀਆਂ ਸੰਗਤਾਂ ਇਸ ਗੱਲ 'ਚ ਖੁਸ਼ ਨੇ ਇਸ ਪੰਜਾਬੀ ਖੁਸ਼ ਨੇ ਵੀ ਇਹ ਬਹੁਤ ਵੱਡਾ ਸਰਕਾਰ ਨੇ ਇਹ ਫੈਸਲਾ ਕੀਤਾ ਅਤੇ ਉਸ ਮੁੱਦਿਆਂ ਨੂੰ ਲੈ ਕੇ ਅਸੀਂ ਇਲੈਕਸ਼ਨ ਲੜਾਂਗੇ ਅਤੇ ਜਿਹੜੇ ਸਾਡੇ ਮੂਹਰੇ ਇਲੈਕਸ਼ਨ ਲਾਲੇ ਨੇ ਉਹਨਾਂ ਨੂੰ ਲੋਕਾਂ ਨੇ ਪਹਿਲਾਂ ਹੀ ਬਹੁਤ ਵਾਰ ਨਕਾਰਿਆ ਹੈ ਬਹੁਤ ਵਾਰ ਰਿਜੈਕਟ ਕੀਤਾ ਹੈ ਅਤੇ ਹੁਣ ਤਾਂ ਅਸੀਂ ਜਿਵੇਂ ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਕਿ ਜਿਹੜਾ 117 ਵਿਧਾਨ ਸਭਾ ਹਲਕਿਆਂ ਨੂੰ ਸਾਡੀ ਪਾਰਟੀ ਨੂੰ ਜਿਹੜਾ ਚਲਾਉਂਦਾ ਰਿਹਾ ਹੈ ਜਿਹੜਾ ਇਕੱਲੇ ਇਕੱਲੇ ਵਰਕਰ ਨੂੰ ਜਾਣਦਾ ਹੈ ਉਹ ਹੀਰਾ ਅਸੀਂ ਦਾਖੇ ਹਲਕੇ 'ਚ ਲੈ ਕੇ ਆਉਂਦਾ ਹੈ ਅਤੇ ਖਾਸ ਤੌਰ 'ਤੇ ਜਿਹੜਾ ਪਹਿਲਾ ਜਿਹੜਾ ਹੀਰਾ ਸੀ ਜਿਹਨੇ ਲੋਕਾਂ ਨੇ ਉਹਨੂੰ ਅਸਲੀ ਹੀਰਾ ਸਮਝ ਕੇ ਵੋਟਾਂ ਪਾਈਆਂ ਸੀ ਪਰ ਉਹ ਖੋਟਾ ਹੀਰਾ ਨਿਕਲ ਗਿਆ ਪਰ ਅਸੀਂ ਅਸਲੀ ਹੀਰਾ ਜਿਹੜਾ ਲਗਾਤਾਰ ਕਾਂਗਰਸ 'ਚ 12 ਸਾਲ 15 ਸਾਲ ਕਾਂਗਰਸ ਨੂੰ ਮਜ਼ਬੂਤ ਕਰਨ ਜਿਹਨੇ ਕੰਮ ਕੀਤਾ ਉਹ ਹੀਰਾ ਅਸੀਂ ਦਾਖੇ ਹਲਕੇ 'ਚ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਮੰਗ ਕੇ ਲੈ ਕੇ ਆਲੀਵਾਲ ਸਾਹਿਬ ਸੀਨੀਅਰ ਨੇ 4 ਵਾਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ MLA ਦੀ 2 ਵਾਰ ਇਲੈਕਸ਼ਨ ਲੜੀ ਪ੍ਰਧਾਨ ਰਹੇ ਅਕਾਲੀ ਦਲ ਦੇ ਆ ਨਾਲ ਆਪ ਸੰਦੀਪ ਸੰਧੂ ਜੀ ਨੂੰ ਕੈਪਟਨ ਸਾਹਿਬ ਨਾਲ ਗੱਲ ਕਰਕੇ ਇਦੋਂ ਬਾਅਦ ਭੈਣੀ ਸਾਹਿਬ ਜਿਹੜੇ ਪਿਛਲੀ ਵਾਰ ਸਾਡੇ ਕੈਂਡੀਡੇਟ ਸੀ ਉਹਨਾਂ ਨੇ ਆਪ ਇਹ ਗੱਲ ਕਹੀ ਵੀ ਇਹ ਲੜਾਈ ਦੇ ਵਿੱਚ ਕੈਪਟਨ ਸਾਹਿਬ ਸੰਦੀਪ ਸਾਹਿਬ ਦੀ ਬਹੁਤ ਵੱਡੀ ਦੇਣ ਆ ਉਹਨਾਂ ਨੂੰ ਜੇ ਟਿਕਟ ਦਿੰਦੇ ਹੋ ਅਸੀਂ ਡਟ ਕੇ ਨਾਲ ਚੱਲਾਂਗੇ ਇਸ ਕਰਕੇ ਜਿਹੜੇ ਬੰਦੇ ਨੇ ਕੰਮ ਕੀਤਾ ਹੋਵੇ ਸਾਰੇ ਪੰਜਾਬ 'ਚ ਕੀਤਾ ਹੋਵੇ ਨਾਲੇ ਪੰਜਾਬ ਕਿੱਡਾ ਕਾ ਪੈਰਾਸ਼ੂਟ ਤੁਸੀਂ ਕਿਹਨੂੰ ਕਹਿ ਦੋਗੇ ਪੰਜਾਬ ਬਹੁਤ ਛੇਟਾ ਸੂਬਾ ਹੈ ਉਹਦੇ ਵਿੱਚ ਆਪਾਂ ਸਾਰੇ ਹੀ ਪੰਜਾਬੀ ਇੱਕ ਕਦੇ ਪੰਜਾਬੀ ਵੀ ਕੋਈ ਬਾਹਰਲਾ ਅਤੇ ਉਰੇਲਾ ਹੋ ਸਕਦਾ ਹੈ ਇਸ ਕਰਕੇ ਇਹ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਜਿਹੜੇ ਗੱਲ ਕਰਦੇ ਆ ਉਹ ਲੰਬੀ ਤੋਂ ਜਾ ਕੇ ਜਲਾਲਾਬਾਦ ਲੜੇ ਉਹਨਾਂ ਨੂੰ ਕੀ ਕਹਾਂਗੇ ਫਿਰ ਆਪਾਂ ਪੈਰਾਸ਼ੂਟ ਕਹਾਂਗੇ ਅਤੇ ਇਸ ਕਰਕੇ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਅੱਜ ਬਠਿੰਡੇ ਤੋਂ ਇਲੈਕਸ਼ਨ ਹਰਸਿਮਰਤ ਕੌਰ ਲੜ ਰਹੇ ਆ ਪਹਿਲਾਂ ਫਰੀਦਕੋਟ ਤੋਂ ਇਲੈਕਸ਼ਨ ਸੁਖਬੀਰ ਸਿੰਘ ਬਾਦਲ ਲੜੇ ਨੇ ਅਤੇ ਇਹੋ ਜਿਹੀ ਗੱਲ ਮੈਂ ਸਮਝਦਾ ਬਿਲਕੁਲ ਗਮਰਾਹ ਕਰਨ ਵਾਲੀਆਂ ਗੱਲਾਂ ਹੈ
तो वह हीरा लैके आ जो 2.5 साल इस इलाके का जो पिछला 2.5 साल नुकसान होया उन्हों भी कवर करेगा तो अगे भी नाले साड़ी सरकार आ कांग्रेस की जो वो 2.5 साल काम करे वो नाते अगे असं वोटा मंगांगे। कैप्टन संदीप तो वह है जिन्होंने सारे पंजाब के मुद्दा पता है 117 हल्कों चला है ये एक हल्का है तो इस करके जे फिर अच्छा उन्होंने एक गल पता नहीं गी मैं जरूर मानता भी चिट्टा किमें बेचीदा यू नहीं पता रेता किमें बेचीदा वो इन्हों पता है अकाली दल वालों जोड़ा ये काम करते रहे इस गल तो वो बिल्कुल अनजाण आ पर जे उन्होंने पता तो कम का पता। सब तो पहला संधू जी ने साडे मंत्री जी कैबिनेट मंत्री धर्मसोत जी आप जिहड़े कि अपने नाल दे आ उदू बाद साडे खास तौर पर तृप्तेंद्र बाजवा जी सुख सरकारिया जी तो पाड़ा साहब गुरदासपुर तो बैठे ने जीरा साहब MLA साहब बैठे तो दर्जना MLA ने जोड़े वो आप संदीप सिंधु जिन्होंने इन्होंने आप अपनी मेहनत नाल पार्टी अगे लैके आंदा वो सारा पंजाब ही है जिहड़ा अज अरदासा कर रहा संदीप संधु खातर। ये कैप्टन प्लस कैप्टन ये तो दो कैप्टन हो गए एक कल्ला कैप्टन नहीं दो कैप्टन इलेक्शन लड़ रहे हैं। मैं समझता कि कांग्रेस वर्कर इन्ना जोश मैं अपनी जिंदगी पहली बार देखे और संधु साहब के पहुँचने के एडा वड्डे स्वागत थां थां ते स्वागत हजारों की गिणती भैन भरा बजुर्ग सारे ही वर्कर कांग्रेस की चाई चाई इतने वेलकम किया संधु साहब का भैनी साहब भी नाल किसी ने रूल नहीं तोड़े ये पब्लिक जो इकट्ठी होंगी है जो खुशी है अथाह खुशी है लोगों कांग्रेस वर्करां च ये रूल किसी ने नहीं तोड़े खुशी है। देखो ना तो किसी ने धरना दिता है ना किसी ने जाम लाया हुण लोगों की खुशी कौन रोक सकता है।